ਸਵਰ ਨਹੀਂ ਦੋਏਗਾ ਤਾਂ ਉਹ ਜਾ ਸਕਦਾ, ਸਵਰ ਨਹੀਂ ਦੋ ਜਾ ਸਕਦਾ। ਆ ਜਿਹੜੇ ਆਪਣੇ ਆਪ ਨੂੰ ਆਪਾਂ ਜਿਹੜੇ ਕਬੀਰਪੰਥੀ ਹੈ, ਜਿਹੜੇ ਜਲਾਏ ਨੇ, ਮੋਚੀ ਨੇ, ਇਹ ਕਹਿੰਦੇ ਹਿੰਦੂ, ਇਹ ਹਿੰਦੂ ਕੋਈ ਨਹੀਂ ਜੇ। ਜੇ ਇਹ ਹਿੰਦੂ ਹੋਣ ਤਾਂ ਉੱਥੇ ਜਾ ਕੇ ਮੰਦਰ 'ਚ ਮੱਥਾ ਟੇਕਣ ਖਾਂ, ਮੰਦਰ 'ਚ ਮੱਥਾ ਨਹੀਂ ਟੇਕਣ ਦਿੰਦੇ। ਇੱਥੋਂ ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਉਹਨੂੰ ਨਹੀਂ ਜਾਣ ਦਿੱਤਾ ਵੀ ਤੂੰ ਮੁਸਲਮਾਨ ਹੈ, ਬਈ ਮੁਸਲਮਾਨ ਨਾਲ ਵਿਆਹ ਕਰਾ ਲਿਆ ਤੂੰ ਨਹੀਂ। ਬਈ ਨਰਗਸ ਸੀ, ਨਰਗਸ ਨੂੰ ਨਹੀਂ ਜਾਣ ਦਿੱਤਾ ਵੀ ਤੂੰ ਨਹੀਂ ਜਾ ਸਕਦੀ ਉੱਥੇ, ਤੂੰ ਹਿੰਦੂ ਨਾਲ ਉਹਦੇ ਨਾਲ ਵਿਆਹ ਕਰਾ ਲਿਆ। ਇਸ ਕਰਕੇ ਦੇਸ਼ ਆਜ਼ਾਦ ਹੋਊ, ਲੇਕਿਨ ਜਿਹੜੀ ਇਸ ਵੇਲੇ ਜਿਹੜੀ ਮੁਸਲਮਾਨ ਕੌਮ ਹੈ ਉਹ ਵੀ ਗੁਲਾਮੀ ਦੇ ਵਿੱਚ ਜੀ ਰਹੀ ਹੈ, ਜਿਹੜੀ ਸਿੱਖ ਕੌਮ ਹੈ ਉਹ ਵੀ ਗੁਲਾਮੀ ਜੀ ਰਹੀ ਹੈ। ਦੇਸ਼ ਆਜ਼ਾਦ ਹੋਊ, ਲੀਡਰਾਂ ਵਾਸਤੇ ਆਜ਼ਾਦ ਹੋਊ, ਅਤੇ ਲੇਕਿਨ ਇਹ ਜਿਹੜੀ ਮੁਸਲਮਾਨ ਕੌਮ ਉਹ ਵੀ ਉਹਨੂੰ ਵੀ ਦਬਾਇਆ ਜਾ ਰਿਹਾ ਅਤੇ ਸਿੱਖਾਂ ਨੂੰ ਦਬਾਇਆ ਜਾ ਰਿਹਾ। ਹੈਲੋ, ਉਸ ਰਸਤੇ ਵਿੱਚ ਬੁੱਤ ਨਹੀਂ ਹੋਣੀ, ਬੜੇ ਬੜੇ ਹਿੰਦੂ ਨੇ ਜਿਹੜੇ ਕਹਿੰਦੇ ਵੀ ਇਹ ਰਸਤੇ ਬੁੱਤ ਨਹੀਂ ਹੋਣੇ, ਅਸੀਂ ਸੋਚੇ ਪਤਾ ਅਸੀਂ ਸਿੱਖ ਹਾਂ ਤਾਂ ਕਰਕੇ ਗੱਲਾਂ ਕਰਦੇ ਹਾਂ, ਨਹੀਂ ਇਹਦਾ ਕਿਸੇ ਨੂੰ ਪੂਰਾ ਸਮਝਾ ਕੇ ਪੁੱਛਿਆ ਜਾਵੇ ਇਹਦਾ ਮਤਲਬ ਕੀ। ਵੇਖੋ ਰਸਤੇ ਜਾਂਦੇ ਹਾਂ ਉਹ ਕਹੂਗਾ ਵੀ ਇਹ ਮਾੜੇ ਬੁੱਤ ਹੈ ਬਾਈ। ਜੋ ਰਸਤੇ ਵਿੱਚ ਜੋ ਬੰਦਾ ਸਵੇਰੇ ਅੰਮ੍ਰਿਤ ਵੇਲੇ ਆਪਣੇ ਰਿਸ਼ਤੇਦਾਰਾਂ ਨੂੰ, ਭੈਣ ਭਰਾਵਾਂ ਨੂੰ, ਕਿਸੇ ਨੂੰ ਕਹਿੰਦਾ ਚਲੋ ਬਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਆਈਏ, ਅਤੇ ਰਸਤੇ 'ਚ ਉੱਥੇ ਜਿਹੜੇ ਬੁੱਤਾਂ ਦੇ ਕਾਰਨ ਜਿਹੜੀ ਤਮਾਹੀ ਵੀ ਨਹੀਂ ਹੁੰਦੀ ਹੈ, ਕੋਈ ਜੱਫੀਆਂ ਪਾ ਕੇ ਕਿਤਨਾ, ਉਹ ਗੱਲ ਮਾੜੀ ਹੈ। ਉਹ ਹੁੰਦਾ ਕਿਉਂ ਪਿਆ? ਬੁੱਤਾਂ ਦੇ ਕਾਰਨ ਬੁੱਤ ਨਾ ਹੋਣ ਅਤੇ ਤਮਾਹੀ ਵੀ ਨਹੀਂ ਨਾ ਹੋਵੇ। ਜੋ ਇਸ ਤਰ੍ਹਾਂ ਕਰਦੇ ਜਾ ਕੇ ਦਰਬਾਰ ਸਾਹਿਬ ਜਾ ਕੇ ਟਿਕਟ ਬਣਾ ਦਿੰਦੇ ਆ, ਉਹ ਕਿਉਂ ਹੁੰਦਾ ਹੈ? ਬੁੱਤਾਂ ਦੇ ਕਾਰਨ। ਜੇ ਬੁੱਤ ਲੱਥ ਜਾਣ ਤਾਂ ਸਾਨੂੰ ਕੋਈ ਗਿਲਾ ਨਹੀਂ। ਦੇਸ਼ ਸਾਡਾ ਹੈ, ਦੇਸ਼ ਸਾਡਾ ਹੈ। ਇਹ ਦੇਸ਼ ਵਿੱਚ 100 ਦੇ ਵਿੱਚੋਂ 85% ਕੁਰਬਾਨੀਆਂ ਹੈਗੀਆਂ ਸਿੱਖਾਂ ਦੀਆਂ, ਅਸੀਂ ਦੇਸ਼ ਨੂੰ ਮਾੜਾ ਸਮਝਾਂਗੇ? ਇਹ ਦੇਸ਼ ਸਾਡਾ ਹੈ, ਇਹ ਦੇਸ਼ ਸਾਡੇ ਬਜ਼ੁਰਗਾਂ ਦੇ ਖੂਨ ਪਸੀਨੇ ਨਾਲ ਬਣਿਆ ਹੋਇਆ, ਦੇਸ਼ ਦੀ ਆਜ਼ਾਦੀ ਹੈ। ਦੇਸ਼ ਨੂੰ ਆਪਾਂ ਦੇਸ਼ ਦਾ ਇੱਕ ਸੂਈ ਭਰ ਵੀ ਨੁਕਸਾਨ ਨਹੀਂ ਕਰਨਾ ਚਾਹੁੰਦੇ, ਕਿਉਂ? ਇਹ ਦੇਸ਼ ਸਾਡਾ ਹੈ, ਦੇਸ਼ ਦੇ ਵਾਸਤੇ ਅਸੀਂ ਮਰਨ ਮਿਟਣਾ ਜਾਣਦੇ ਹਾਂ। ਇਹ ਜਿਹੜੇ ਕਹਿੰਦੇ ਆ ਜਾ ਕੇ ਬਾਰਡਰ ਉੱਤੇ ਜਾ ਕੇ ਧਰਨਾ ਦਿੰਦੇ ਆ, ਉਹ ਕਰਦੇ ਹਾਂ, ਇਹਨਾਂ ਨੇ ਕੁਛ ਨਹੀਂ ਕਰਨਾ। ਜਦੋਂ ਕਰਨਾ ਹੈ ਗੁਰੂ ਦੇ ਖਾਲਸੇ ਪੰਥ ਨੇ, ਉਦੋਂ ਜਾ ਕੇ, ਜਦੋਂ ਬਾਰਡਰ ਵਿੱਚ ਜਾ ਕੇ ਜੋ ਜੰਗ ਲੱਗਦਾ ਹੈ ਅਤੇ ਉਦੋਂ ਕੋਈ ਸ਼ਿਵ ਸੈਨਾ ਵਾਲਾ ਜਾ ਕੇ ਥੋੜ੍ਹੀ ਜਾ ਕੇ ਉਹਨੂੰ ਪ੍ਰਸ਼ਾਦਾ ਸਿਖਾਉਂਦਾ ਹੈ, ਕੋਈ ਹੋਰ ਹੈ ਥੋੜ੍ਹੀ ਸਿਰ ਤਾਂ RS ਵਾਲੇ ਥੋੜ੍ਹੀ ਜਗ੍ਹਾ ਸਿਖਾਉਂਦੇ, ਉਦੋਂ ਗੁਰੂ ਦੇ ਸਿੱਖ ਜਾਂਦੇ ਆ ਜਾ ਕੇ ਮੋਰਚਿਆਂ ਵਿੱਚ ਜਾ ਕੇ। ਹੁਣ ਖਾਲਸਾ ਏਡ ਵਾਲਿਆਂ ਨੇ ਕਿੱਡਾ ਵਧੀਆ ਕੰਮ ਕੀਤਾ ਹੈ, ਉਹ ਕਿਸੇ ਧਰਮ ਦੇ ਪ੍ਰਤੀ ਪ੍ਰਤੀਕਿਰਿਆ ਨਾਲ ਥੋੜ੍ਹੀ ਗੱਲ ਕਰਦੇ, ਉਹ ਮੁਸਲਮਾਨਾਂ ਨਾਲ ਵੀ ਭਾਈਚਾਰਾ ਹੈ। ਜੇ ਕਿਤੇ ਵੀ ਕਿਸੇ ਨੂੰ ਮੁਸੀਬਤ ਆਉਂਦੀ ਹੈ ਉਹ ਜਾ ਕੇ ਮੁਸੀਬਤ ਉੱਤੇ ਉਹਨਾਂ ਦੇ ਕੰਮ ਆਉਂਦੇ ਆ, ਅਤੇ ਗੁਰੂ ਗੋਬਿੰਦ ਸਿੰਘ ਨੇ ਜਿਹੜਾ ਖਾਲਸਾ ਪੰਥ ਸਾਜਿਆ ਹੈ ਇਹ ਸਾਰਿਆਂ ਦੇ ਭਲੇ ਵਾਸਤੇ, ਅਤੇ ਮਹਾਰਾਜ ਨੇ ਕਹਿਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ ਭਲਾ। ਇਹ ਸਰਬੱਤਾ ਭਲਾ ਮੰਗਣ ਵਾਲਾ ਖਾਲਸਾ ਪੰਥ ਹੈ। ਖਾਲਸਾ ਪੰਥ ਵਿੱਚ ਮੌਜਾਂ ਬੜੀਆਂ ਨੇ। ਸਾਡਾ ਨਾਮ ਹੁੰਦਾ ਸੀ ਓਮ ਪ੍ਰਕਾਸ਼, ਅਤੇ ਜਦੋਂ ਦੇ ਆਪਾਂ ਗੁਰੂ ਦੇ ਸਿੱਖ ਬਣੇ ਨਾ, ਸਾਨੂੰ ਆਨੰਦ ਬੜਾ ਹੈ, ਸਾਨੂੰ ਬਹੁਤ ਆਨੰਦ ਹੈ, ਸਿੱਖੀ ਵਿੱਚ ਆ ਕੇ ਬੜਾ ਮਾਣ ਹੈ। ਅਤੇ ਅਸੀਂ ਬੇਨਤੀ ਕਰਾਂਗੇ ਜੇ ਸਿੱਖਾਂ ਦੇ ਪੁੱਤ ਨੇ ਜਿਹੜੇ ਆਪਣੇ ਸਿੱਖਾਂ ਦੇ ਪੁੱਤ ਘੁਮਾਉਂਦੇ ਨੇ, ਜੇ ਸਿੱਖੀ ਸਰੂਪ 'ਚ ਆ ਕੇ ਵੇਖੋ ਆਨੰਦ ਕਿੰਨਾ ਹੈ, ਬਹੁਤ ਮਜ਼ਾ ਹੈ। ਸਾਨੂੰ ਓਮ ਪ੍ਰਕਾਸ਼ ਅਮਰ ਸਿੰਘ ਬਣ ਕੇ ਬਹੁਤ ਮਜ਼ਾ ਆਇਆ ਹੈ, ਅਤੇ ਸਿੱਖੀ ਦਾ ਬਹੁਤ ਨਜ਼ਾਰਾ ਹੈ। ਅਤੇ ਅੱਜ ਹੋਇਆ ਕੀ ਹੈ? ਅੱਜ ਆਪਾਂ ਦਲਾਂ ਦੀ ਗੱਲ ਕਰਦੇ ਹਾਂ, ਦਲ ਦਲ ਵਿੱਚ ਫਸ ਗਏ ਹਾਂ, ਦਲ ਦਲ ਵਿੱਚ, ਦਲਾਂ 'ਚ, ਦਲ ਵਿੱਚ ਨਹੀਂ, ਦਲ 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 ਦੇ ਉੱਤੇ ਨਿਕਲੀਏ ਅਤੇ ਖਾਲਸੇ ਪੰਥ ਦੀ ਗੱਲ ਕਰੀਏ, ਸੱਚ ਅਤੇ ਹੱਕ ਦੀ ਗੱਲ। ਕਿਤੇ ਵੀ ਕੋਈ ਗੱਲ ਹੁੰਦੀ ਹੈ ਸੱਚ ਅਤੇ ਹੱਕ ਦੀ, ਆਪਾਂ ਗੱਲ, ਜਿਹੜਾ ਬੁੱਤਾਂ ਦਾ ਮਸਲਾ ਹੈ ਇੱਕ ਦਾ ਮਸਲਾ ਨਹੀਂ ਗਾ, ਇਹ ਜਿੰਨੇ ਵੀ ਗੁਰੂ ਨਾਨਕ ਨਾਮ ਲੇਵਾ ਹੈ, ਜਿੰਨੇ ਵੀ ਗੁਰੂ ਨਾਨਕ ਨਾਮ ਲੇਵਾ ਹੈ, ਇਹ ਸਾਰਿਆਂ ਦਾ ਮਸਲਾ ਹੈ। ਇਹਨੂੰ ਸਾਰਿਆਂ ਨੂੰ ਜਿੱਥੇ ਜਿੱਥੇ ਵੀ ਕੋਈ ਰਾਗੀ ਢਾਡੀ ਪ੍ਰਚਾਰਕ ਜਿੱਥੇ ਵੀ ਬੈਠਾ ਹੈ, ਜਿਹੜਾ ਜਿੱਥੋਂ ਤੱਕ ਹੋਵੇ ਇਹ ਗੱਲ ਗਾਂਹ ਕਰ ਜਾਣੀ ਚਾਹੀਦੀ ਹੈ, ਇਹ ਬਹੁਤ ਹਟਣੇ ਚਾਹੀਦੇ ਹੈ। ਮਤਲਬ ਸਾਡਾ ਅਤੇ ਜਿਹੜੇ ਨੌਜਵਾਨ ਜਿਹੜੇ ਨੇ ਉਹ ਫੜੇ ਨੇ, ਉਹ ਰਿਹਾਅ ਹੋਣੇ ਚਾਹੀਦੇ ਨੇ।
ਉਹ ਜਿਹੜੇ ਨੌਜਵਾਨ ਉਹ ਰਿਹਾ ਹੋਣੇ ਚਾਹੀਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।